ਸ੍ਰੀ ਗਾਲਬੀਰ ਜੀ ਮੈਂ ਥਾਰਾਂ ਗੱਲਾਂ ਗਲਾਕਣ ਪਰਮਜੀਤ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਅੱਜ ਦੀਆਂ ਬੜੀਆਂ ਖਬਰਾਂ ਥਾਰੇ ਪਾ ਸਭ ਤੋਂ ਪਹਿਲਾਂ ਇੰਸਟਾਗ੍ਰਾਮ ਅਕਾਊਂਟ ਪਰਮਜੀਤ ਸਿੰਘ ਪਾਕਨਾ ਔਰ ਇਸਕੇ ਗੈਲ ਗੈਲ ਵੀਰਾ ਯੋ ਵੀਰਾ ਫੇਸਬੁੱਕ ਅਕਾਊਂਟ ਪਰਮਜੀਤ ਸਿੰਘ ਪਾਕਨਾ ਇਸ ਨੂੰ ਵੀ ਕਰ ਲਿਓ ਫੋਲੋ ਔਰ YouTube ਕਾ ਚੈਨਲ ਕਮੇਟੀ ਵਾਈਬ ਉੱਥਾ ਜਾਗਾ ਵੀ ਥਮ ਨਵੇਂ ਨਵੇਂ ਕਿਲੇ ਪ੍ਰੋਗਰਾਮ ਦਾ ਨਜ਼ਾਰਾ ਲੈ ਸਕਾ ਹੈਡਲਾਈਨ ਦੀ ਗੱਲ ਕਰਾਂ ਜਿੱਤਾ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬੜਾ ਖਲਾਸਾ ਕਰਿਆ ਰਾਜਾ ਸਾਹਿਬ ਕਹਿ ਰਹੇ ਕਹ ਮਨੂੰ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਬਣਾਉਣ ਖਾਤਰ ਇਹ ਕਹਿ ਲੋ ਵੀਰ ਕਹ ਹੈ ਪਾਕਿਸਤਾਨ ਤੇ ਫੋਨ ਆਇਆ ਮਤਲਬ ਈ ਬੰਨੂ ਯੋ ਨਹੀਂ ਸਮਝ ਲੱਗੀ ਵੀ ਪਾਕਿਸਤਾਨ ਤੇ ਜੇ ਫੋਨ ਆਇਆ ਕਹਿਣੇਗਾ ਭਾਬ ਵੀ ਦੋਹੇ ਧੀਆਂ ਕੀ ਪਾਕਿਸਤਾਨ ਗੈ ਲੈ ਆਣ ਗੈਲ ਕਾਫੀ ਸਹਿਜਾਰਤਾ ਪਿਆਰ ਯੋ ਕਹਿ ਸਕਾ ਵੀ ਹੈ ਇਸੇ ਕਰਕੇ ਆਇਓ ਕਹਿ ਲੋ ਫੋਨ ਕੈਪਟਨ ਸਾਹਿਬ ਨੂੰ ਜਿਹੜਾ ਮਤਲਬ ਪਾਕਿਸਤਾਨ ਤੇ ਹੈ ਕਾਮਨਤਰੀ ਬਣਾਉਣ ਖਾਤਰ আর ਇਸ ਦੇ ਅਲਾਵਾ ਨਵਜੋਤ ਸਿੰਘ ਸਿੱਧੂ ਨੂੰ ਲੇਗਾ ਕੈਪਟਨ ਸਾਹਿਬ ਨੇ ਕਈ ਤਰ੍ਹਾਂ ਕੇ ਸਵਾਲ ਕਈ ਤਰ੍ਹਾਂ ਦੀਆਂ ਬਾਤਾਂ ਜਿਹੜੀਆਂ ਕੱਲ ਸੁਣਾਈਆਂ ਤੀਆਂ আর ਯੋ ਕਿਤੇ ਨਾ ਕਿਤੇ ਕਹਿ ਸਕਾਂ ਵੀ ਪੰਜਾਬ ਕੀ ਸਿਆਸਤ ਕੇ ਅੰਦਰ ਨਵਜੋਤ ਸਿੰਘ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਕੀ ਜੇ ਬਾਤ ਕਰਾਂ ਕਾਫੀ ਕਮਾਲ ਕੇ ਬਾਤਾਂ ਜਿਹੜੀਆਂ ਆਪਾਂ ਕਹਿ ਸਕਾਂ ਵੀ ਦੇਖਣ ਸੁਣਨ ਨੂੰ ਮਿਲ ਰਹੀਆਂ ਅਰ ਇਸੀ ਕੱਲ੍ਹ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬੜੀ ਬਾਤ ਜਿਹੜੀ ਸਾਰਿਆਂ ਦੇ ਸਾਹਮਣੇ ਰੱਖੀ ਧੀ ਉਹ ਕਹਿ ਰਿਹਾ ਕਹਾ ਬਿਰ ਸਿੱਧੂ ਅਰ ਭਗਵੰਤ ਮਾਨ ਕਹੇ ਚਲਾ ਨਹੀਂ ਸਕਦੇ ਸਰਕਾਰ ਕਾ ਇਸ ਕਰਕਾ ਮੈਨੂੰ ਕਹ ਦੁਬਾਰਾ ਵੋਟਾਂ ਲੜਨੀਆਂ ਪੈ ਰਹੀਆਂ ਦੁਬਾਰਾ ਚੋਣਾਂ ਲੜਨੀਆਂ ਪੈ ਰਹੀਆਂ ਯੋ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਵੀਰ ਇੱਕ ਬਿਆਨ ਦਿਆ ਯੋ ਸਿੱਧੂ ਵਾਲੇ ਬਿਆਨ ਤੇ ਬਾਅਦ ਆ ਮਤਲਬ ਇਹੋ ਕਹਿ ਲਓ ਕੈਪਟਨ ਅਮਰਿੰਦਰ ਸਿੰਘ ਨੂੰ ਹਾਲੇ ਵੀ ਨਿਊ ਲੱਗ ਰਿਹਾ ਵੀ ਸੈਦ ਕਾਂਗਰਸ ਪਾਰਟੀ ਅੱਜ ਵੀ ਜੇ ਪੈਰਾਵਾ ਖੜੀ ਹੋ ਸਕਾ ਤਾਂ ਇਹੋ ਕਹਿ ਲਓ ਕੈਪਟਨ ਅਮਰਿੰਦਰ ਸਿੰਘ ਕੇ ਗੈਲ ਖੜੀ ਹੋ ਸਕਾ ਹੋਰ ਕੋਈ ਤੀਸਰਾ ਬੰਦਾ ਪਾਰਟੀ ਨੂੰ ਖੜਾ ਨਹੀਂ ਕਰ ਸਕਦਾ ਯੋ ਮਤਲਬ ਇਸ ਨੂੰ ਚਾਹੇ ਥਮ ਓਵਰ ਕੰਫੀਡੈਂਸ ਕਹਿ ਲਿਓ ਰਾਜਾ ਸਾਹਿਬ ਕਾ ਚਾਹੇ ਵੀਰ ਕੁਸ ਕਹਿ ਲਿਓ ਪਰ ਮੈਂ ਇੱਕ ਬਾਤ ਜ਼ਰੂਰ ਕਲੀਅਰ ਕਰਦਾ ਕੈਪਟਨ ਅਮਰਿੰਦਰ ਸਿੰਘ ਕੇ ਬੜੇ ਸਮਰਥਕ ਮੜੇ ਸੋ ਨੂੰ ਵੀ ਸੁਣਾ ਕਈ ਉਹ ਕਟੜ ਕਾਂਗਰਸੀ ਵੀ ਮਾਰੇ ਪ੍ਰੋਗਰਾਮ ਨੂੰ ਸੁਣਾ ਬਈ ਮੈਂ ਤੁਹਾਨੂੰ ਦੱਸ ਦੇਣਾ ਚਾਹਾਂ ਬਈ ਅਮਰੀਕਾ ਦੇ ਵਿੱਚ ਕੁਝ ਗੋਰੇ ਜਿਹੜੇ ਤੇ ਗੋਰੇ ਵੀ ਉਹ ਕਹਰੇ ਤੇ ਕਹ ਹੈ ਬਰਾਕ ਓਬਾਮੇ ਤੇ ਬਿਨਾ ਕਹ ਹੈ ਅਮਰੀਕਾ ਮਾ ਅਗਲੀ ਸਰਕਾਰ ਨਹੀਂ ਚੱਲ ਸਕਦੀ ਅਮਰੀਕਾ ਵਾਂ ਯੂ ਬਰਾਕ ਬਾਮਾ ਹੀ ਅਮਰੀਕਾ ਨੂੰ ਯੋ ਕਹਿ ਰੋ ਵੀਰਾ ਪੈਰਾ ਮਾ ਖੜਾ ਕਰ ਸਕਾ ਅਮਰੀਕਾ ਦੇ ਵਿੱਚ ਮਾ ਬਰਾਕ ਓਬਾਮਾ ਹੀ ਸਭ ਕੁਝ ਕਰ ਸਕਾ ਇਹ ਬਹੁਤ ਬਹੁਤ ਐਸੀਆਂ ਬਾਤਾਂ ਜਣੀਆਂ ਕੱਲ ਮਤਲਬ ਉਸ ਟੈਮ ਸੌਣ ਤੋਂ ਮਿਲਿਆ ਨਹੀਂ ਪਰ ਉਸ ਤੋਂ ਬਾਅਦ ਥਾਣੇ ਦੇਖਿਆ ਵੀਰ ਬਰਾਕ ਬਾਮੇ ਤੇ ਬਾਅਦ ਇਹੋ ਜਿਹੜਾ ਅਗਲਾ ਆਇਆ ਤਾਂ ਉਸ ਨੂੰ ਵੀ ਉਹੀ ਪਲੇਖਾ ਪੈ ਗਿਆ ਤਾਂ ਵੀ ਸਾਇਦ ਕਿਤੇ ਵੀ ਮਿੱਤੇ ਬਾਦ ਉਰਾ ਕੋਈ ਸੰਭਾਲ ਨਹੀਂ ਸਕੇਗਾ ਪੰਜਾਬ ਇਹੋ ਅਮਰੀਕਾ ਦੀ ਸਿਆਸਤ ਨੂੰ ਪਰ ਉੱਥਾ ਜੋ ਬਾਈਡਨ ਨੇ ਸਾਰੀ ਚੀਜ਼ਾਂ ਦੇ ਉੱਪਰ ਬੜਾ ਬ੍ਰਾਮ ਲਗਾ ਦਿਆ ਦਾ ਅਰ ਇਹੋ ਹੀ ਚੀਜ਼ ਉਰਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੱਗ ਰਹੀ ਇਸਕੇ ਸਮਰਥਕਾਂ ਨੂੰ ਲੱਗ ਰਹੀ ਵੀ ਸਾਇਦ ਮੇਰੇ ਤੋਂ ਬਿਨਾ ਪੰਜਾਬ ਦੇ ਵਿਚমা ਪੰਜਾਬ ਸਰਕਾਰ ਚੱਲ ਨਹੀਂ ਸਕਦੀ ਕੈਪਟਨ ਅਮਰਿੰਦਰ ਸਿੰਘ ਤੇ ਬਿਨਾ ਇਹ ਪੰਜਾਬ ਸਰਕਾਰ ਕੁਝ ਨਹੀਂ ਕਰ ਸਕਦੀ। ਬਾਕੀ ਵੀਰ ਇਹ ਕਹਿੰਦੇ ਵੀ ਸਰਕਾਰ ਇਹ ਲੋਕ ਕਹਿੰਦੇ ਕਿ 4.5 ਸਾਲ ਰਾਜਾ ਸਾਹਿਬ ਨੇ ਨਿਯੋਗ ਕਰਿਆ ਪਰ ਮੈਂ ਇੱਕ ਬਾਤ ਕਾਮ ਮੈਨੂੰ ਜਿੱਥਾ ਤੱਕ ਲੱਗ ਰਿਹਾ ਵੀ ਕੈਪਟਨ ਅਮਰਿੰਦਰ ਸਿੰਘ ਨੇ 4.5 ਸਾਲ ਸਰਕਾਰ ਚਲਾਈ ਨਹੀਂ ਵੀਰ 4.5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਨੂੰ ਕਸੀੜਿਆ ਕਸੀੜ ਕਸੀੜ ਕੇ ਲਿਆ 4.5 ਸਾਲ ਵੀਰ ਤਾਂ ਜਾ ਕੇ ਇਹ ਸਰਕਾਰ ਉਰਾ ਤੱਕ ਪਹੁੰਚੀ ਆਰ ਇਸਕੇ ਗੈਲਗੈਲ ਵੀਰ ਯੋ ਕਹ ਲੋ ਵੀ ਪੰਜਾਬੀਆਂ ਕੀ ਬਾਤ ਕਰਾਂ ਵੀ ਪੰਜਾਬੀਆਂ ਤੇ ਕੈਪਟਨ ਅਮਰਿੰਦਰ ਸਿੰਘ ਫੇਰ ਇੱਕ ਆਸ ਕਰਕੇ ਬੈਠਾ ਵੀ ਸਹੈਦ ਇੱਕ ਵਾਰ ਫੇਰ ਕੁਰਸੀ ਨੂੰ ਝਾੜ-ਪੋਚ ਕਾ ਯਾਰ ਇੱਕ ਨਵੇਂ ਸਾਹਿਬ ਗੈਲ ਬਨੂ ਕੁਰਸੀ ਦਮेंगे ਯੋ ਇੱਕ ਕੈਪਟਨ ਅਮਰਿੰਦਰ ਸਿੰਘ ਦੇ ਜ਼ਹਿਨ ਦੇ ਵਿੱਚ ਮੈਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਕਿੱਥਾ ਰਿਹਾ ਇਸ ਚੀਜ਼ ਕੀ ਕਿਸੇ ਨੂੰ ਕੋਈ ਜਾਣਕਾਰੀ ਆਰ ਯੋ ਕੱਲੋ ਵਿੱਚ ਊਠੀਆਂ ਸੌਹਾ ਖਾਣੇ ਦੀ ਜਿੱਥਾ ਬਾਤ ਵਿਰੋਧੀ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਲੇਖ ਕਰਾਂ ਬਾ ਇੱਕ ਬੜਾ ਯੋ ਇੱਕ ਚੈਲੰਜ ਕੈਪਟਨ ਅਮਰਿੰਦਰ ਸਿੰਘ ਵਾਸਤੇ ਪੰਜਾਬ ਮਾ ਹੈ ਔਰ ਜਿਹੜੇ 4.5 ਸਾਲ ਮਤਲਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਮਾ ਲੜੜ ਲਾਤੇ ਇਬ ਪਤਾ ਨਹੀਂ ਵੀਰ ਅਗਲੀ ਨਵੀਂ ਸਰਕਾਰ ਬਣਾਗਾ ਕੈਪਟਨ ਅਮਰਿੰਦਰ ਸਿੰਘ ਕਿਆ ਉਸ ਨਮਕ ਕਰੇਗਾ ਪਰ ਯੋ ਕਹ ਲੋ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿਚমা ਗਰੀਬ ਲੋਕਾਂ ਕੇ ਇਹ ਚਲਾਨ ਬਹੁਤ ਕਟੇ ਤੇ ਯੋ ਆਪਾ ਭੁੱਲ ਨਹੀਂ ਸਕਦੇ ਕਿਉਂਕਿ ਗਰੀਬਾਂ ਕੇ ਜਿਤਨੇ ਚਲਾਨ ਰਾਜੇ ਕੇ ਟਾਈਮ ਮਾ ਹੋਏ ਕਿਸੇ ਦੇ ਕਿਸੇ ਦਾ ਕਦੇ ਕੋਵਿਡ ਦਾ ਚਲਾਨ ਕਦੇ ਕਰਫਿਊ ਕੋ ਮੁਨੇਗਾ ਚਲਾਨ ਕਦੇ ਕੋਈ ਚਲਾਨ ਕਦੇ ਕੋਈ ਚਲਾਨ ਔਰ ਇਹ ਮੈਂ ਜੋ ਕਾਂ ਵੀ ਰਾਜਾ ਸਾਹਿਬ ਵੀ ਥਾਨੇ ਕਾ ਰਜਿਸਟਰੀ ਤੋ ਕਰਾਨ ਨਹੀਂ ਲਈ ਪੰਜਾਬ ਕੀ ਵੀ ਮੈਂ ਹੀ ਪੰਜਾਬ ਕੇ ਵਿਚਮਾ ਖੜ ਸਕਾ ਉਧਰ ਬਾਪੂ ਬਾਦਲ ਬਿਮਾਰ ਪਿਆ ਬਿਮਾਰ ਪਿਆ ਪਿਆ ਵੀ ਫੇਰ ਦੇਖ ਲਿਓ ਇਹ ਲੰਬੀ ਵਿਧਾਨ ਸਭਾ ਹਲਕੇ ਦੇ ਫੇਰ ਉਮੀਦਾਂ ਲਾ ਕੇ ਬੈਠੇ ਹੋ ਔਰ ਫੇਰ ਇਹਨਾਂ ਨੂੰ ਲੱਗ ਰਿਹਾ ਪੰਜਾਬ ਮੈਂ ਇੱਕ ਵਾਰ ਫੇਰ ਮਾਰੀ ਸਰਕਾਰ ਖੜ ਜੇਗੀ ਆਰ ਮੈਨੂੰ ਸਮਝ ਨਹੀਂ ਆਂਦੀ ਪਾਣੀ ਵਾਲੇ ਜਾਜ ਕੇ ਮਗਰ ਪਾ ਕਾ ਟੋਚਨ ਇਹ ਸਰਕਾਰ ਚਲਾਈ ਤੀ ਇਹਨਾਂ ਨੇ ਜੋ ਬਾਤਾਂ ਮਾਰਾ ਬਾਕੀ ਵੀ ਰਾਜਾ ਸਾਹਿਬ ਦੱਸੋ ਕਿਆ ਚਲਾ ਲੇਂਗੇ ਗੱਲਾਂ ਕਰਦੇ ਕਰਦੇ ਇਹਨਾਂ ਨੂੰ ਸਾਹ ਚੜ ਜਾ ਵੀਰ ਹਾਂ ਇਹ ਕਹੇਗਾ ਮੈਂ ਸਰਕਾਰ ਚਲਾ ਲੇਂਗਾ ਯੋ ਹਾਲ ਲੀਡਰਾਂ ਦਾ ਲੀਡਰਾਂ ਨੂੰ ਸਿਰਫ আর ਸਿਰਫ ਕੁਰਸੀ ਤੱਕ ਮਤਲਬ ਹੋਰ ਕੋਈ ਦੂਸਰਾ ਤੀਸਰਾ ਮਤਲਬ ਹੈ ਨਹੀਂ ਚਲੋ ਖੈਰ ਆ ਰ ਕੱਲ ਸਿਆਮ ਟਾਈਮ ਇੱਕ ਬੜਾ ਸਿਆਸੀ ਧਮਾਕਾ ਹੋ ਗਿਆ ਵੀਰ ਬਹੁ ਕਰੋੜੀ ਡਰੱਗ ਮਾਮਲੇ માં ਹਾਈ ਕੋਰਟ ਨੇ ਵਿਕਰਮ ਜਿੱਠੀ ਕੇ ਗਾਉ ਜਮਾਨਤ ਖਾਰਜ ਕਰਤੀ ਮਤਲਬ ਇਹੋ ਕਹਿ ਲੋ ਯੋ ਸ਼ੇਰ ਜਿਹੜਾ ਮਾਜੇ ਦਾ ਸ਼ੇਰ ਮਾਜੇ ਦਾ ਜਰਨੈਲ ਮਾਜੇ ਦਾ ਬੱਬਰ ਸ਼ੇਰ ਇਵ ਇੱਕ ਵਾਰ ਫੇਰ ਮਤਲਬ ਕਹਿ ਲਓ ਲੱਬੇਗਾ ਕਿ ਨਹੀਂ ਲੱਬੇਗਾ ਮੈਂ ਤਾਂ ਇਹ ਹੀ ਕਹਿ ਸਕਾਂ ਵੀ ਲੁਕੜਾ ਨਿਬਾਉ ਬਾਹਰ ਇਵ ਖਾਲੀਆਂ ਨੇ ਕੱਲ ਐਲਾਨ ਕਰਤਾ ਵੀ ਪੰਥ ਫੇਰ ਖਤਰੇ માં ਅਰ ਸੂਬਾ ਸਰਕਾਰ ਆਪਣੀ ਨਕਾਮੀਆਂ ਨੂੰ ਛਪਾਉਣ ਵਾਸਤਾ ਮਜੀਠੀ ਹੂੰ ਡਰੱਗ ਮਾਮਲੇ ਵਿੱਚ ਜ਼ਬਰਦਸਤੀ ਇਕੜੀ ਸੜਿਆ ਬਾਕੀ ਵੀ ਪੰਜਾਬ ਪੁਲਿਸ ਅਰੈਸਟ ਕਰਨਾ ਇਨਕਾ ਬਣ ਗਿਆ ਇਵ ਇੱਜ਼ਤ ਦਾ ਸਵਾਲ ਕਿਉਂਕਿ ਜੇ ਫੇਰ ਇੱਧਰ ਉੱਧਰ ਹੋ ਗਿਆ ਮਜੀਠੀਆ ਜੇ ਫੇਰ ਨਾ ਇਹਨਾਂ ਤੇ ਲੱਜ ਹੋਇਆ ਫਿਰ ਫਿਰ ਤਾਂ ਬਹੁਤ ਮਾੜੀ ਬਾਤ ਹੋ ਜੇਗੀ ਉਹ ਕਹਿ ਲੋ ਵੀਰ ਭਾਗ ਭਾਗ ਮਿਲਖਾ ਬਾਗ ਕੀ ਜਗਾਈ ਉਹ ਭਾਗ ਮਜੀਠੀਆ ਭਾਗ ਜੋ ਕੰਮ ਹੋ ਗਿਆ ਔਰ ਉਹ ਕਹਿ ਲੋ ਵੀਰ ਮੰਨੂ ਯੋ ਵੀ ਨਹੀਂ ਸਮਝ ਪਾਉਂਦਾ ਵੀ ਇਤਨੇ ਕੇਸ ਇਸ ਬੰਦੇ ਕੇ ਸਿਰ ਪਾ ਚੱਲ ਰਹੇ ਉਹ ਇਤਨੇ ਪੰਗੇ ਪੈ ਰਹੇ ਫਿਰ ਇਹਨਾਂ ਨੂੰ ਟਿਕਟ ਪਤ ਨਹੀਂ ਕਿਤਨਾ ਮਿਲ ਜਾ ਮਾਰੇ ਉਰਾ ਕਿਸੇ ਗਲੀ ਮਾ ਰੂੜਾ ਮਾਰ ਕਾ ਸਿਰ ਪਾੜਿਆ ਹੋਂਦਾ ਉਸਕਾ ਕੇਸ ਕੱਚਾ ਹੋਵਾ ਉਹ ਪਰਚਾ ਪਿਆ ਹੋਵਾ ਉਸ ਨੂੰ ਉਹ ਕਹਿ ਲੋ ਵੀਰ ਯੋ ਕਹ ਲੋ ਵੀਰ ਪਿੰਡ ਦੀ ਪੰਚਾਇਤੀ ਚੋੜਾ ਮਾ ਨਹੀਂ ਕੋਈ ਖੜਾ ਕਰ ਦਦਾ ਕਾ ਕੇਸ ਆ ਜਿਸਕੇ ਉਪਰ ਤੋਂ ਪਰ ਯੋ ਪਤਾ ਨਹੀਂ ਕਿਤਰਾ ਵੀਰ ਲੜੀ ਜਾਹਾਂ ਭਾਗ ਮਜੀਠਿਆ ਬਾਗ ਹੋ ਗਿਆ ਉੱਡ ਜਾ ਮੋਰਨੀਏ ਤੇਰੇ ਮਗਰ ਬਦੂਕਾਂ ਵਾਲੇ ਯੋ ਕੰਮ ਹੋ ਗਿਆ ਚੰਨ ਵਰਗਾ ਸੀ ਤੇਰਾ ਯਾਰ ਵੈਰ ਨੇ ਇੱਜ਼ਤ ਗਵਾਈ ਠਾਣਿਆਂ ਚ ਰੋਲਤਾ ਯੋ ਕੰਮ ਇਬ ਹੋ ਸਕਾ ਆਰ ਆਉਂਦਾ ਮੈਦਾਨ ਯੋ ਕਹ ਲੋ ਗੇਮ ਛੇੜ ਲੈਣ ਦੇ ਯੋ ਕਹ ਰਿਹਾ ਹਲੇ ਜਵਾਕ ਇਹਨਾਂ ਨੂੰ ਖੇਡ ਲੈਣ ਦੇ ਯੋ ਇਸ ਤਰ੍ਹਾਂ ਕੇ ਟ੍ਰੋਲ विक्रम जीठियां ਲੈ ਕਾ ਬਹੁਤ ਹੋਣ ਲੱਗੇ ਔਰ ਯੋ ਢੋਲ ਲੈਣੇ ਕਿ ਮੈਨੂੰ ਸਮਝ ਬਾਤੀ ਜਿਹੜੇ ਢੋਲ ਤੇ ਵਿਕਰਮ ਜੀਠੀ ਦੀ ਜਮਾਨਤ ਖਾਰਜ ਹੋਗੀ ਕਿਸੇ ਵੀ ਟਾਈਮ ਯੋ ਕਹ ਲੋ ਗ੍ਰਿਫਤਾਰੀ ਹੋ ਸਕਾ ਔਰ ਯੋ ਕਹ ਲੋ ਵੀ ਮਜੀਠਿਆ ਸਾਹਿਬ ਤੋਂ ਪਹਿਲਾਂ ਵੀ ਕਹਿ ਕਾ ਹਟੇ ਫੇਰ ਭਾਈ ਯੋ ਬਾਤ ਕਹਾਂਗੇ ਭਾਈ ਵੀਰਾ ਮੈਂ ਯੋ ਜਿੱਥਾ ਵੀ ਰਿਹਾ ਨਜ਼ਾਰੇ માં ਰਿਹਾ ਜਿੱਥਾ ਵੀ ਰਿਹਾ ਨਜ਼ਾਰੇ માં ਰਿਹਾ ਇਹ ਪਤਨ ਕਿੱਥਾ ਰਹੇਗਾ ਨਜ਼ਾਰੇ માં ਔਰ ਯੋ ਕਹ ਲੋ ਮੈਂ ਤਾਂ ਯੋ ਵੀ ਸੁਣਿਆ ਵੀ ਕਈ ਕਾਲੀਆਂ ਨੇ ਯੋ ਕਹ ਲੋ ਵੀ ਇਨਕੇ ਲੱਡੂਆਂ ਦੇ ਪੈਸੇ ਵੀ ਨਹੀਂ ਪੂਰੇ ਹੋਏ ਮੁੜੇ ਨਹੀਂ ਲੱਡੂਆਂ ਦੇ ਪੈਸੇ ਵਾਲੇ ਫਿਰ ਯੋ ਪਹਿਲਾਂ ਹੀ ਕੰਮ ਹੋਰ ਹੋ ਗਿਆ ਯੋ ਗਲਤ ਹੋ ਗਿਆ ਕੰਮ ਚਲੋ ਕੋਈ ਗੱਲ ਨਹੀਂ ਮਜੀਠੇ ਕੀ ਜਮਾਨਤ ਰੱਦ ਹੋਣ ਤੇ ਬਾਅਦ ਬਾਪੂ ਪ੍ਰਕਾਸ਼ ਬਾਦਲ ਦਾ ਯੋ ਯੋ ਛੋਕਰਾ ਸੁਖਵੀਰ ਬਾਦਲ ਇਸ ਕਾ ਬਿਆਨ ਆ ਗਿਆ ਵੀਰ ਔਰ ਬਾਪੂ ਪ੍ਰਕਾਸ਼ ਬਾਦਲ ਦਾ ਛੋਕਰਾ ਇਸ ਨੇ ਆਪਣੀ ਗੱਲਬਾਤ ਸਾਰਿਆਂ ਦੇ ਸਾਹਮਣੇ ਰੱਖੀ ਆਰ ਮੈਨੂੰ ਨਿਉ ਲੱਗ ਰਿਹਾ ਵੀ ਕੱਲ ਕਰਨੀ ਪੈਣੀ ਤੇ ਨਹੀਂ ਕਰਨੀ ਅਗਲੇ ਨਾਲ ਘਰ ਵਾਲੀ ਫਿਰ ਕਹਾ ਵੀਰ ਮੇਰੇ ਭਾਈ ਕੀ ਤਰ ਤਰ ਹੋ ਗਈ ਤਾਉ ਬੋਲਿਆ ਨਹੀਂ ਇਸ ਕਰਕੇ ਮੇਰਾ ਕਰਨਾ ਪਵਾਇਓ ਸਾਰਾ ਕੰਮ ਵੀਰ ਆਰ ਮੈਨੂੰ ਜ਼ਿਆਦਾ ਲੱਗ ਰਿਹਾ ਵੀ ਇਹ ਖੁਸ਼ੀ ਜ਼ਿਆਦਾ ਮਨਪਾਲਾਗੇ ਤੇ ਇਹ ਕੱਲ ਦੀ ਆਰ ਰੌਲਾ ਪਾਉਂਦੇ ਰਹੇ ਇਹ ਕਾ ਵੀ ਇਤਰਾ ਹੋ ਗਿਆ ਇਤਰਾ ਹੋ ਗਿਆ ਬਾਕੀ ਕੱਲਿਆਂ ਦਾ ਸੇਰ ਇਬ ਪ੍ਰੈਸ ਕਾਨਫਰੰਸ ਕਰੇਗਾ ਕਿ ਨਹੀਂ ਕਰੇਗਾ ਜੇ ਤੂੰ ਆਉਣ ਵਾਲਾ ਟਾਈਮ ਦੱਸੇਗਾ ਪਰ ਇਹ ਪਤਾ ਨਹੀਂ ਤਰੀਰ ਬਤਾਉ ਕਿੱਥਾ ਖਾਣੇ ਪਵੇਂਗੇ ਉਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਪਰ ਇਹ ਦੁੱਧ ਤੋਤੇ ਹੋ ਗਏ ਦੁੱਧ ਤੋਤੇ ਜੋ تھے ਫੇਰ ਇਹਨਾਂ ਨੂੰ ਡਰ ਨਹੀਂ ਕਿਆ ਲੋੜ ਅਰਜਮਾਨ ਤੋਈਦੀ ਜਦ ਲੱਟੂ ਬੰਡੇ ਤੇ ਈਵ ਪਟਾਕੇ ਚਲਾ ਦੋ ਅਰ ਬਾਕੀ ਅੱਜ ਵੀ ਕਹੋ ਵੀ ਸੱਚ ਕੀ ਜਿੱਤ ਹੋਈ ਉਦੋਂ ਤੋਂ ਕਹਿ ਰਹੇ ਸੱਚ ਕੀ ਜਿੱਤ ਹੋਈ ਮਜੀਠਿਆ ਬਾਹਰ ਆ ਗਿਆ ਅੱਜ ਸੱਚ ਕੀ ਜਿੱਤ ਹੋਈ ਯੋ ਵੀਰ ਚੰਨੀ ਕਹਿ ਰਿਆ ਚੰਨੀ ਕਹਿ ਰਗਾ ਸੱਚ ਕੀ ਜਿੱਤ ਹੋਈਗਾ ਇਹ ਦੇਖ ਲੈ ਵੀਰ ਇਹ ਕبھی ਖੁਸ਼ੀ ਕبھی ਗਮ ਫਿਲਮ ਦੇਖੀ ਹਣੀ ਥਾਨਾ ਵੀਰ ਯੋ ਪੰਜਾਬ ਮਾ ਅੱਜ ਕੱਲ ਕبھی ਖੁਸ਼ੀ ਕبھی ਗਮ ਫਿਲਮ ਚੱਲ ਰਹੀ ਔਰ ਜੋ ਕਹ ਲੋ ਵੀਰਾ ਜੋ ਕabhi ਖੁਸ਼ੀ ਕabhi ਗਮ ਫਿਲਮ ਜਿਹੜੀ ਮਤਲਬ ਇੱਕ ਪਾਸਾ ਕਾਦੀ ਇੱਕ ਪਾਸਾ ਕਾਂਗਰਸ ਵਾਲੇ ਇਨ ਕੀ ਆਪਸ ਮੇ ਇਹ ਦੋਈ ਫਿਲਮਾਂ ਚੱਲ ਰਹੀਆਂ ਵੀਰਾ ਔਰ ਅੱਜ ਜੋ ਕਹ ਲੋ ਵੀਰ ਕਾਂਗਰਸ ਵਾਲੇ ਜਿਤਨੇ ਬੰਦੇ ਇਹ ਵੀਰ ਖੁਸ਼ੀ ਮਨਾ ਰਹੇ ਕਾ ਦੇਖੋ ਕੱਲ ਕੱਲ ਰੌਲਾ ਪਾਰੇ ਤੇ ਕਹ ਲੈ ਵੀਰਾ ਕੋਈ ਬਾਤ ਨਹੀਂ ਅੱਜ ਅਦਾਲਤ ਨੇ ਜੋ ਜਿਹੜਾ ਹੱਕ ਜੋ ਜਿਹੜਾ ਇਨ ਕੀ ਹੱਕ ਮਾਂ ਕਰਤੀ ਗੱਲ ਬਾਤ ਇਸ ਕਰਤਾ ਕਾਂਗਰਸੀ ਬੱਲੇ ਬੱਲੇ ਕਰਾਰੇ ਵੀਰ ਬਾਕੀ ਬਿਕਰਮਜੀਤ ਗਾਊ ਜਮਾਨਤ ਕੇ ਉੱਪਰ ਚੰਨੀ ਦਾ ਬਿਆਨ ਆਇਆ ਵੀਰ ਕੱਲ ਚੰਨੀ ਕਹਿ ਰਿਹਾ ਕਹ ਜੋ ਕਰੇਗਾ ਵਾਪਰੇਗਾ ਪੰਜਾਬ ਕੀਆ ਮਾਵਾ ਕੀਆ ਕੁੱਖਾ ਇਹ ਨਸਿਆਂ ਕਰ ਕਾ ਤਬਾਹ ਕਰਤੀਆਂ ਜ਼ੁਬਾਨੀ ਬਰਬਾਦ ਹੋ ਗਈ ਪੰਜਾਬ ਕੇ ਆਰਥਿਕ ਹਾਲਾਤ ਬਰਬਾਦ ਹੋ ਚੁਕੇ ਕਾ ਯੋ ਕਹਿ ਲੋ ਵੀ ਅਸੀਂ ਹਾਈ ਕੋਰਟ ਕੇ ਵਿੱਚ ਮਾ ਮਜੀਠੀ ਦੀ ਜਮਾਨਤ ਰੱਦ ਕਰਨੇ ਦਾ ਜਿਹੜਾ ਇਹ ਹੋਇਆ ਉਸ ਦਾ ਫੈਸਲੇ ਦਾ ਸਵਾਗਤ ਕਰਾਂ ਮਤਲਬ ਇਹੋ ਕਹ ਲੋ ਚੰਨੀ ਵਾਲੀ ਪਾਰਟੀ ਖੁਸ਼ ਹੋ ਗਈ ਬਾ ਇਹਨਾਂ ਲੱਗ ਰਿਹਾ ਬਈ ਚੰਗਾ ਹੋਇਆ ਜੋ ਕੰਮ ਹੋ ਗਿਆ ਨਹੀਂ ਵੀਰੋ ਇਹਨਾਂ ਨੂੰ ਭਲੇਖਾ ਪੈ ਗਿਆ ਤਾਂ ਲੋਕ ਕਹਿੰਦੇ ਕਾਹਦੇ ਬਿਲੇ ਵਿਆਪਸਮਾ ਆ ਰਿਹਾ ਇਸ ਕਰਕੇ ਕਰੇ ਵੀ ਇਹ ਯੋਜਾ ਦੀ ਕੋ ਕੰਮ ਹੋ ਬਈ ਔਰ ਆਲ ਮਿਲ ਕਾ ਕਰਾਂ ਯੋ ਵੀਰ ਈਵ ਇ ਕੋ ਥੋੜਾ ਜਿਹਾ ਸੁੱਕਾ ਸਾਂ ਇਸ ਬਾਤ ਨੂੰ ਲੈ ਕੇ ਮਿਲ ਗਿਆ ਬਾਕੀ ਵੀਰ ਭਗਵਾਨ ਤਮਾਨ ਦਾ ਗੱਲ ਬਿਆਨ ਆਇਆ ਕਹ ਰਿਹਾ ਕਾਜੇ ਪੰਜਾਬਾ ਕੋਈ ਸੀਟ ਹਾਰ ਕੇ ਕਾ ਉਸਕਾ ਮੈਜੰਬਾਰ ਹੋ ਵੀਰ ਤੋ ਵੀ ਹੋਏਗਾ ਜਿਮਬਾਰ ਹੋਰ ਕੇਜਰੀਵਾਲ ਥੋੜੀ ਜਿਮਬਾਰ ਹੋਵੇਗਾ 10 ਛਾੜੂ ਵਾਲਿਆਂ ਦਾ ਪ੍ਰਧਾਨ ਤੈਨੂੰ ਲਾਇਆ ਵਾ ਆਰ ਮੁੱਖ ਮੰਤਰੀਆ ਮੂ ਯੋ ਕਲੇ ਚੇਰਾ ਜੀ ਨੂੰ ਕਹਾਂ ਪੰਜਾਬੀ ਮਾ ਬਾਤ ਤੈਨੂੰ ਕਰਿਆ ਵਗਾ ਇਹ ਵੀ ਫਿਰ ਜ਼ਿੰਮੇਵਾਰੀ ਤੂੰ ਹੀ ਚੱਕੇਗਾ ਵੀਰ ਇਹ ਜ਼ਿੰਮੇਵਾਰੀ ਕਿਹੜਾ ਉੱਥਾ ਸੁੱਚਾ ਛੋੜੇਪੁਰ ਚੱਕੇਗਾ ਦੱਸ ਕਮੈਲ ਕਰ ਰਿਹਾ ਯੋ ਝੰਡਾ ਵੀ ਕਦੇ ਕਦੇ ਛਿੰਡੇ ਦੀਆਂ ਬਾਤਾਂ ਸਮਝ ਪਾ ਨਹੀਂ ਆਉਂਦੀਆਂ ਮੈਨੂੰ ਹੈ ਬਾਕੀ ਯੋ ਵਿਰੋਧੀਕਰੇ ਜਿੱਥਾ ਪੈਸੇ ਦੇਗਾ ਟਿਕਟਾ ਵੇਚੀਏ ਨਾ ਉੱਥਾ ਪਤਾ ਲੱਗੇਗਾ ਤੁਹਾਨੂੰ ਕਿਆ ਬਣਦਾ ਕਿਆ ਭਾਵੇਂਗੀ ਬਾਕੀ ਵੀਰ ਯੋ ਬਾਤ ਪੱਕੀ ਵੀਰ ਜ਼ਿੰਮੇਵਾਰੀ ਤੋਂ ਛੰਡੇ ਨੂੰ ਪਹਿਲੇ ਚੱਕਣੀ ਪਵੇਗੀ ਕੋਈ ਕਈ ਸੀਟਾਂ ਇਸ ਤਰ੍ਹਾਂ ਗਿਆ ਜਿੱਥਾ ਵੀਰ ਯੋ ਕਹਿ ਲੋ ਵੀਰ ਚਾੜੂ ਵਾਲੇ ਹਾਰੇਗੇ ਜ਼ਰੂਰ ਪੱਕਾ ਯੋ ਗਰੰਟੀ ਕਹਿੰਦੇ ਵੀ ਯੋ 117 ਦੀ 17 ਸੀਟਾਂ ਨਹੀਂ ਉਹ ਦਿੱਤ ਦੇ ਇਸ ਤਰ੍ਹਾਂ ਕਿ ਹਵਾ ਨਹੀਂ ਚੱਲੀ ਪੰਜਾਬ ਮਾਲੇ ਬਾਕੀ ਵੀਰ ਹਵਾ ਤਾਂ ਯੋ ਭਾਜਪੀ ਵਾਲੇ ਚਲਾਈ ਬੈਠੇ ਯੋ ਕਹ ਰਹੇ ਆਪਾਂ ਵੀ ਜਿੱਤੇਗਾ ਸਰਕਾਰ ਮਾਰੀ ਬਣੇਗੀ ਲੱਸ ਜੀਨਾਂਗੇ ਐਜਿਟ ਬੋਲਵਾ ਸੀਟਾਂ ਹੀ ਦਿਨ ਤੇ ਪੰਜ ਆਵਾ ਯੋ ਬੰਦੇ ਵੀ ਉਮੀਦਾਂ ਕਰਕੇ ਬੈਠੇ ਈ ਮੈਨੂੰ ਡਰ ਪੈ ਰਿਹਾ ਵੀ ਕਿਤੇ ਸੀਈਓ ਈਐਮ ਈਵੀਐਮ ਮਸ਼ੀਨ ਦੀ ਤਾਰ ਤੂਰ ਨਾਲ ਇੱਧਰ ਉੱਧਰ ਨੂੰ ਜੋੜ ਦੇ ਕੋਈ ਜਾ ਕੇ ਖਤਰਾ ਹੋ ਜਾ ਵੀਰ ਤਾਰਾਂ ਜੁੜ ਗਈਆਂ ਨਾ ਫਿਰ ਕਲੇਸ਼ ਹੋ ਜਾ ਪੜਾਕੇ ਪੈ ਜਾ ਆ ਰਿਸਕੇ ਗੱਲ ਗੱਲ ਵੀਰੋ ਬੀਜੇਪੀ ਕੀ ਜਿੱਥਾ ਬਾਤ ਕਰਾਂ ਵੀਰ ਬੀਜੇਪੀ ਨੇ ਕੱਲ ਵੀਰ ਇਹ ਕਹਲੋ ਸਹਿਯੋਗੀ ਦਲਾਂ ਗੱਲ ਬਣਾਈ ਸਹਿਮਤੀ ਆਰਾ ਇਹ ਸੀਟਾਂ ਦਾ ਵਡਵਾਰਾ ਕਰ ਲਿਆ ਵੀਰ ਸੀਟਾਂ ਕੇ ਵਡਵਾਰੇ ਕੀ ਬਾਤ ਤੁਹਾਨੂੰ ਮੈਂ ਜਰੂਰ ਸੁਣਾਵਾਗਾ ਵੀਰ ਆਰ ਸਹਿਯੋਗੀ ਦਲਾਂ ਕੀ ਜਿੱਥਾ ਬਾਤ ਕਰੇਗੇ ਸੀਟਾਂ ਨੂੰ ਲੈ ਕੇ ਸਹਿਮਤੀ ਬਣੀ ਭਾਜਪਾ ਪੰਜਾਬਾ 65 ਸੀਟਾਂ ਬਾ ਵੋਟਾਂ ਲੜੇਗੀ ਪੰਜਾਬ ਲੋਕ ਕਾਂਗਰਸ ਰਾਜੇਗੀ ਪਾਰਟੀ 37 ਸੀਟਾਂ ਬਾ ਅਰ ਸ਼੍ਰੋਮਣੀ ਅਕਾਲੀ ਦਲ ਸੰਘੀਤ 15 ਸੀਟਾਂ ਦੇ ਉੱਪਰ ਲੜੇਗੀ ਜਿੱਤेंगे ਕਦ ਜਹੀਂ ਜਿੱਤेंगे ਇਹ ਆਉਣ ਵਾਲਾ ਟਾਈਮ ਦੱਸੇਗਾ ਪਰ ਯੋ ਇਹਨਾਂ ਨੇ ਫਾਈਨਲ ਕਰ ਲਿਆ 65 ਸੀਟਾਂ ਕਿਹੜੀਆਂ ਬਾ ਲੜ ਸਕਾ ਭਾਜਪਾ ਪਿੰਡਾਂ ਵਾਂ ਦੇ ਕਹ ਲ ਭਾਜਪਾ ਕੋਈ ਨਾਂ ਨਹੀਂ ਲੰਦਾ ਫਿਰ ਯੋ ਫਿਰ VOTING ਮਸ਼ੀਨਾਂ ਵਾਪਰੋ ਸਾਰ ਰੱਖੀ ਬੈਠੇ ਯੋ ਕਹਿ ਸਕਾਂ ਫਿਰ ਬਾਕੀ ਫਿਰ ਯੋ 55 ਸੀਟਾਂ ਨਿਉ ਲੱਗ ਰਿਆ ਭਈ ਉਹ ਸ਼ਹਿਰ ਕੀਆਂ ਸੀਟਾਂ ਜ਼ਿਆਦਾ ਇਨਕਾ ਇਹਨਾਂ ਨੂੰ ਲਗਦਾ ਸਰ ਦੇ ਵਿੱਚ ਮਾ ਜੋ ਬੰਦੇ ਘੇਰ ਲੇਗੇ ਆਪਾਂ ਪਿੰਡਾਂ ਵਾਂ ਬੰਦੇ ਮੰਨਦੇ ਨਹੀਂ ਘੱਟ ਮੰਨਾ ਪਿੰਡਾਂ ਵਾਲੇ ਆ ਰਹੀ ਸੀ ਕਰ ਕਾ ਯੋ ਕਰ ਰੋ ਵੀਰੇ ਇਹਨਾਂ ਨੂੰ ਉਮੀਦਵਾਰ ਹੀ ਲੱਭ ਰਹੇ ਵੀਰੇ ਵ ਜਿੱਤਰਾ ਯੋ ਦੋਈ ਪਾਰਟੀਆਂ ਕਾ ਬੰਨ ਉਮੀਦਵਾਰ ਨਹੀਂ ਲੱਜ ਰਹੇ ਭਾਜਪੀ ਨੂੰ ਸਿਰਫ আর ਸਿਰਫ ਉਮੀਦਵਾਰੇ ਲੱਭ ਰਹੇ VOTER ਵਾਲੇ ਲੱਭਣੇ ਇਹਨਾਂ ਨੇ ਜਿਹੜਾ ਜਾ ਰਿਹਾ ਟਿਕਟ ਲੈਣ ਜਾ ਰਿਆ ਨੇ ਪਾ ਜਿਹੜਾ ਜਾ ਰਿਹਾ ਟਿਕਟ ਲੈਣ ਜਾ ਰਿਆ ਜਿਹੜਾ ਜਾ ਰਿਹਾ ਟਿਕਟ ਲੈਣ ਜਾ ਰਿਆ ਆਰ ਭਾਜਪੀ ਕੇ ਸਹਿਯੋਗੀ ਦਲ ਬਣੇ ਯੋ ਸੀਟਾਂ ਨੂੰ ਲੈ ਕੇ ਸਹਿਮਤੀ ਬਣ ਗਈ ਜਿੰਨੀ ਮਰਜੀ ਯੋ ਕਹ ਲੋ ਵੀ ਸਹਿਮਤੀਆਂ ਬਣਾ ਲਿਓ ਬਾਰੇ ਵਿਰੋਧੀ ਧਿਰ ਅਰ ਕਿਸਾਨ ਅੰਦੋਲਨ ਨਾਲ ਜੁੜੇ ਲੋਕਾਂ ਦਾ ਇਹ ਕਹਿਣਾ ਵੀ ਜਿੱਥਾ ਮਰਜੀ ਤਾਂ ਅਸੀਂ ਸੈਂਤੀਆਂ ਬਣਾ ਲਓ ਜਮਾਨਤਾ ਧਾਰੀਆਂ ਜਾਬਤੋਂ ਮਿਲਿਆ ਇਹੋ ਕਹਿ ਰਹੇ ਅਰ ਪਾਜ ਬਾਲੇ ਕਹਿ ਰਹੇ ਕਹਾ ਸ਼ੇਰ ਤੋ ਇਕਹਿਲਾ ਚਲਤਾ ਹੈ ਸ਼ੇਰ ਤੋ ਇਕਹਿਲਾ ਚਲਤਾ ਹੈ ਗੱਠ ਜੋੜ ਨਹੀਂ ਕਰਤਾ ਹੈ ਇਹੋ ਦੇਖ ਲਓ ਪੰਜਾਬਾ ਇਹ ਸਾਰਾ ਕੂੜਾ ਕਬੜ ਇਕੱਠਾ ਕਰ ਲੈਣਾ ਨਾ ਆਰ ਸੀਟਾਂ ਪੂਰੀਆਂ ਹੋ ਗਈਆਂ ਈ ਬ ਕਹੇ ਸ਼ੇਰ ਕਹਾ ਗੱਠ ਜੋੜ ਕਰਕੇ ਚਲੇਗਾ ਕੱਲਾ ਸ਼ੇਰ ਡਰਤਾ ਹੈ ਇਹੋ ਗੰਭੀਰ ਹੋ ਗਿਆ ਵੀਰ ਅਰ ਕਾਂਗਰਸ ਦਾ ਦਫ਼ਤਰ ਖੋਲਣੇ ਮੌਕੇ ਸਿੱਧੂ ਮੂਸੇ ਵਾਲੇ ਦਾ ਬੜਾ ਬਿਆਨ ਆ ਗਿਆ ਕਾ ਲੀਡਰ ਤਾਂ ਹੋਵਾਂ ਪਰ ਸਾਤੀ ਡੱਡੂ ਬਰਸਾਤੂ ਡੱਡੂ ਵਰਗੇ ਹੋਵਾਂਗਾ ਵੋਟਾਂ ਦੇ ਟਾਈਮ ਬਾਹਰ ਆ ਜਾਾਂਗਾ ਉਸ ਤੋਂ ਬਾਅਦ ਨਜ਼ਰ ਨਹੀਂ ਆਉਂਦੇ ਵੀਰਾ ਇਹ ਸਿੱਧੂ ਮੂਸੇ ਵਾਲਾ ਕਾਲ ਗਰਮ ਭਾਸ਼ਾ ਵਰਤ ਗਿਆ ਉਥਾ ਅਰ ਵੀਰਾ ਇਹ ਕੀ ਕਹਾਂ ਦੱਸ ਇਹ ਕਹਿੰਦਾ ਕਹਾ ਵੋਟਾਂ ਦੇ ਵਿੱਚ ਮੈਂ ਇਹ ਲੀਡਰ ਬਾਹਰ ਆ ਜਾਂ ਪਾਰਿਓ ਕਹਿ ਲੋ ਵੀ ਕਲਾਕਾਰ ਹੋ ਗਏ ਸਿੰਗਰ ਹੋ ਗਏ ਇਹ ਵੋਟਾਂ ਪੈਣ ਤੋਂ ਬਾਅਦ ਜਿੱਤਣ ਦੇ ਬਾਅਦ ਇਹ ਫਿਰ ਮੁੜ ਕਾ ਉਸ ਇਲਾਕੇ ਮੈਂ ਨਜ਼ਰਾਂ ਤੇ ਇਹ ਵੀ ਲੁਕ ਜਾ ਵੀਰਾ ਲੱਜਦੇ ਨਹੀਂ ਵੀਰ ਕਿਸੇ ਭਾਸ਼ਾ ਆਲਮਨ ਨੂੰ ਲੱਗ ਰਿਹਾ ਵੀ ਆਈਫੋਨ ਵੀ ਇਸ ਨੂੰ ਮਿਲ ਗਿਆ ਔਰ ਸਿੱਧੂ ਵਾਲੇ ਸਕੂਟਰੀ ਵੀ ਇਸ ਨੂੰ ਦੇਤੀ ਮਨ ਲੱਗ ਰਿਹਾ ਤਾਂ ਹੀ ਵੀਰ ਸਿੱਧੂਏ ਗੁਣ ਬਹੁਤ ਘਾਰਿਆ ਦਾ ਕੱਲ ਬਾਕੀ ਵੀਰ ਇਸਕੇ ਗੱਲ ਗੱਲ ਕੱਲ ਯੋ ਬਾਪੂ ਪ੍ਰਕਾਸ਼ਵਾਲ ਦਾ ਛੋਕਰਾ ਕਹ ਰਿਹਾ ਸਾਬਣ ਗੈਲ ਕਾ ਸਾਬਣ ਦਾ ਨਹੀਂ ਫ੍ਰੀ 골ਡੀ ਗੈਲ ਮੁੱਖ ਮੰਤਰੀ ਬਾਦਲ ਫ੍ਰੀ ਯੋ ਸੁਖਵੀਰ ਬਾਦਲ ਦਾ ਬਿਆਨ ਆਇਆ ਔਰ ਮੈਂ ਕਹਾ ਵੀ ਚੰਗੀ ਚੀਜ਼ ਕਦੇ ਫ੍ਰੀ ਮਿਲਦੀ ਨਹੀਂ ਵੀਰਾ ਮਿਲਦੀ ਨਹੀਂ ਚੰਗੀ ਚੀਜ਼ ਕਦੇ ਫ੍ਰੀ ਨਹੀਂ ਮਿਲਦੀ ਐਪਲ ਕੇ ਫੋਨ ਗੈਲ ਕਦੇ ਇਹਨਾਂ ਨੇ ਇੱਕ ਤਾਰ ਵੀ ਫ੍ਰੀ ਨਹੀਂ ਦਈ ਐਪਲ ਦੇ ਫੋਨ ਗੈਲ ਕਦੇ ਇਹਨਾਂ ਨੇ ਗਾਰਡ ਫਰੀ ਨਹੀਂ ਦਿਆ ਐਪਲ ਦੇ ਫੋਨ ਗੈਲ ਕਦੇ ਇਹਨਾਂ ਨੇ ਵੀਰ ਯੋ ਚਾਰਜਰ ਫਰੀ ਨਹੀਂ ਦਿਆ ਯੋ ਉਸਕੇ ਪੈਸੇ ਲਹਾ ਮਤਲਬ ਯੋ ਕਹਿ ਲਓ ਕੋਈ ਦੇਸੀ ਕੰਪਨੀ ਆ ਮਾਲ ਲੈ ਲਿਓ ਵਾ ਗਾਰਡ ਤੇ ਲੈਗਾ ਕਵਰ ਤੇ ਲੈਗਾ ਹਰ ਇੱਕ ਚੀਜ਼ ਫਰੀ ਦੇਹਾ ਮਤਲਬ ਮਲਾਵਟੀ ਚੀਜ਼ ਕੇ ਵਿੱਚ ਮਾ ਹਰ ਚੀਜ਼ ਫਰੀ ਮਿਲ ਜਾਈ ਵੀਓ ਥਮ ਦੂਸਰੇ ਪਾਸੇ ਨਾ ਲੈ ਜਿਓ ਮਤਲਬ ਜਿਸ ਨੂੰ ਬੋਲਣ ਕੀ ਮਰਿਆਦਾ ਦਾ ਨਹੀਂ ਪਤਾ ਵਾ ਮੁੱਖ ਮੰਤਰੀ ਬਣਨੇ ਕੇ ਸੂਪਨੇ ਪੰਜਾਬ ਕੇ ਵਿਚ ਲੈ ਰਿਆ ਬਾਕੀ ਫਰੀ ਵਾਲੀ ਚੀਜ਼ਾਂ ਵਾ ਪਰ ਉਹ ਸਾ ਬੰਦਿਆਂ ਨੂੰ ਘਾਟੇ ਹੋਇਆ ਚਲਦੀਆਂ ਘੱਟੇ ਵੀ ਰਫਰੀ ਵਾਲੀ ਚੀਜ਼ਾਂ ਖੈਰ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਦੇ ਵਿੱਚ ਮੈਂ ਅੱਜ ਗਿਆ ਬੜੀਆਂ ਖਬਰਾਂ ਥਾਰੇ ਗੱਲ ਮੈਂ ਕਰੀਆਂ ਸਾਂਝੀਆਂ ਜਾਣ ਤੇ ਪਹਿਲਾਂ ਤੁਹਾਨੂੰ ਮੈਂ ਦੱਸਦਾ ਵੀ ਅੰਦੋਲਨ ਤੇ ਅੰਦੋਲਨ ਤੇ ਬਾਅਦ ਮੈਂ ਰਿਟਾਇਰ ਹੋ ਰਿਹਾ ਯੋ ਲੋਕਾਂ ਦੇ ਦਬਾ ਕਰਕੇ ਕਾ ਵੋਟਾਂ ਲੜ ਰਾ ਰਾਜੀਵਾਲ ਨੇ ਜੋ ਬੜਾ ਬਿਆਨ ਦਿੱਤੇ ਆ ਕਾ ਮੈਂ ਤਾਂ ਘਰਾਂ ਬਹਿਣਾ ਦਾ ਚਲੋ ਖੈਰ ਵੋਟਾਂ ਦੇ ਬਾਅਦ ਬਾਬਾ ਯੋ ਘਰੇ ਬੈਠੇਗਾ ਮੈਨੂੰ ਨਿਊ ਲੱਗ ਰਿਹਾ ਜੋ ਪੰਜਾਬ ਕੇ ਹਾਲਾਤ ਬਣੇ ਵੇ ਆ ਇਸ ਕੇ ਗੱਲ ਬੋਟਾਂ ਵਾਲਾ ਫੈਸਲਾ ਗਲਤ ਆਮ ਆਦਮੀ ਪਾਰਟੀ ਦਾ ਲੜਕਾ ਜੋ ਰਲ ਕਾ ਜੀ ਵੋਟਾਂ ਪਾ ਲੰਦੇ ਰਲ ਲੰਦੇ ਇਹਨਾਂ ਦਾ ਵੀ ਕੋਈ ਨਾ ਕੋਈ ਪਹਲਾ ਪੂਲਾ ਹੋਏ ਜਾਣਾ ਦਾ ਫਿਰ ਚਲੋ ਖਾ ਲਾਡਾ ਡਿਸਕਸ਼ਨਰੀ ਪ੍ਰੋਗਰਾਮ ਵਿੱਚ ਮੈਂ ਕਾਲੂ ਸੀਟਾਂ ਨਾਲ ਥਾਰੇ ਗੱਲ ਕਰਾਂਗੇ ਫਿਰ ਸਿੱਧੀ ਗੱਲ ਬਾਤ ਇਪਸਾਰੇ ਲਾਡੇ ਦੇ ਬਿਆਰ ਪਰ ਹੀ ਸਤਿ ਸ੍ਰੀ ਅਕਾਲ